ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ। ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀ ਹੋਈ ਇੱਕ ਬਹੁਤ ਹੀ ਵਧੀਆ ਖਬਰ ਆ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਛੇਤੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੀ ਹੋਈ ਘੰਟੀ ਦੱਬ ਦਿਓ। ਖਬਰ ਕੀ ਆ ਜੀ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਹਿਲਾਂ ਗੂਗਲ ਟਰਾਂਸਲੇਟ ਦੇ ਵਿੱਚ ਪੰਜਾਬੀ ਗੁਰਮੁਖੀ ਮੌਜੂਦ ਸੀ। ਮਤਲਬ ਅਸੀਂ ਕਿਸੇ ਵੀ ਭਾਸ਼ਾ ਨੂੰ, ਕਿਸੇ ਵੀ ਬੋਲੀ ਨੂੰ ਆਪਣੀ ਗੁਰਮੁਖੀ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪੜ੍ਹ ਸਕਦੇ ਸੀ, ਉਹਨੂੰ ਆਪਣੇ ਲਫਜ਼ਾਂ ਦੇ ਵਿੱਚ, ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਮਝ ਸਕਦੇ ਸੀ। ਪਰ ਜਿਹੜੀ ਖੁਸ਼ਖਬਰੀ ਆ, ਦੇਖੋ ਜੀ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀ ਹੋਈ ਜਿਹੜੀ ਵੀ ਗੱਲਬਾਤ ਆ, ਉਹਦੇ ਵਿੱਚ ਥੋੜ੍ਹੀ ਜਿਹੀ ਵੀ ਤਰੱਕੀ ਹੁੰਦੀ ਹੈ ਨਾ, ਤਾਂ ਸਾਡੇ ਪੰਜਾਬੀਆਂ ਲਈ ਬਹੁਤ ਵੱਡੀ ਖਬਰ ਹੁੰਦੀ ਆ। ਖਬਰ ਇਹ ਆ ਜੀ ਕਿ ਗੁਰਮੁਖੀ ਪੰਜਾਬੀ ਦੇ ਨਾਲ ਨਾਲ ਹੁਣ ਗੂਗਲ ਟਰਾਂਸਲੇਟ 'ਤੇ ਸ਼ਾਹਮੁਖੀ ਪੰਜਾਬੀ ਵੀ ਲਾਂਚ ਕਰ ਦਿੱਤੀ ਗਈ ਆ। ਮਤਲਬ ਇਹ ਆ ਕਿ ਜਿੱਦਾਂ ਅਸੀਂ ਗੁਰਮੁਖੀ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਸਕਦੇ ਸੀਗੇ ਕਿਸੇ ਵੀ ਮੁਲਕ ਦੀ, ਕਿਸੇ ਵੀ ਭਾਸ਼ਾ ਦੀ ਬੋਲੀ ਨੂੰ ਅਸੀਂ ਗੁਰਮੁਖੀ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪੜ੍ਹ ਸਕਦੇ ਸੀ, ਇਹਦੇ ਨਾਲ ਨਾਲ ਹੁਣ ਆਪਾਂ ਸ਼ਾਹਮੁਖੀ ਪੰਜਾਬੀ ਦੇ ਵਿੱਚ ਵੀ ਟਰਾਂਸਲੇਟ ਕਰਕੇ ਪੜ੍ਹ ਸਕਦੇ ਹਾਂ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੁਰਮੁਖੀ ਪੰਜਾਬੀ ਆਪਣੇ ਚੜ੍ਹਦੇ ਪੰਜਾਬ ਵਾਲੀ ਸਾਈਡ 'ਤੇ ਜ਼ਿਆਦਾ ਪੜ੍ਹਾਈ ਵੀ ਜਾਂਦੀ ਆ, ਪੜ੍ਹੀ ਵੀ ਜਾਂਦੀ ਆ, ਲਿਖੀ ਵੀ ਜਾਂਦੀ ਆ, ਸਮਝੀ ਵੀ ਜਾਂਦੀ ਆ। ਸਮਝੀ ਦੀ ਤਾਂ ਆਪਾਂ ਜਿੱਥੇ ਤੱਕ ਗੱਲ ਕਰੀਏ, ਉਹ ਤਾਂ ਆਪਣੀ ਬੋਲੀ ਸਾਂਝੀ ਆ, ਬੋਲਣ ਨੂੰ ਇੱਕੋ ਜਿਹੀ ਆ। ਪਰ ਜਿੱਥੇ ਗੱਲ ਹੋਵੇ ਨਾ ਲਿਖਣ ਵਾਲੀ ਜਾਂ ਪੜ੍ਹਨ ਵਾਲੀ, ਉਹਦੇ ਵਿੱਚ ਇਹ ਸਿਸਟਮ ਸੀ ਕਿ ਆਪਣੇ ਲਹਿੰਦੇ ਪੰਜਾਬ ਦੇ ਵਿੱਚ ਸ਼ਾਹਮੁਖੀ ਪੰਜਾਬੀ ਪੜ੍ਹੀ ਵੀ ਜਾਂਦੀ ਸੀ, ਲਿਖੀ ਵੀ ਜਾਂਦੀ ਸੀ, ਪਰ ਗੁਰਮੁਖੀ ਪੰਜਾਬੀ ਚੜ੍ਹਦੇ ਪੰਜਾਬ 'ਚ ਲਿਖੀ ਪੜ੍ਹੀ ਜਾਂਦੀ ਸੀ। ਬੋਲੀ ਤਾਂ ਦੋਨੇ ਪੰਜਾਬਾਂ ਦੇ ਵਿੱਚ, ਮਤਲਬ ਸਾਂਝੇ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ। ਗੁਰਮੁਖੀ ਪੰਜਾਬੀ ਦੇ ਨਾਲ ਨਾਲ ਅਸੀਂ ਸ਼ਾਹਮੁਖੀ ਪੰਜਾਬੀ ਨੂੰ ਵੀ ਗੂਗਲ ਟਰਾਂਸਲੇਟ 'ਤੇ ਜੀ ਆਇਆਂ ਨੂੰ ਕਹਿੰਦੇ ਹਾਂ, ਅਤੇ ਬਹੁਤ ਹੀ ਵਧੀਆ ਖਬਰ ਆ। ਮੈਂ ਆਪ ਟਰਾਂਸਲੇਟ ਕਰਕੇ ਵੀ ਦੇਖਿਆ, ਮਤਲਬ ਦੋ ਤਿੰਨ ਜਿਹੜੀਆਂ ਬੋਲੀਆਂ ਨੇ, ਇੰਗਲਿਸ਼ ਹੋ ਗਈ, ਚਾਈਨੀਜ਼ ਹੋ ਗਈ, ਅਰਬੀ ਹੋ ਗਈ, ਇਹਨਾਂ ਨੂੰ ਸ਼ਾਹਮੁਖੀ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਦੇਖਿਆ ਔਰ ਬਹੁਤ ਵਧੀਆ ਪਰਫੈਕਟ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ। ਤੁਸੀਂ ਦੇਖਿਆ ਹੋਣਾ, ਮੈਂ ਮੋਸਟਲੀ ਜਿਹੜੇ ਗੁਰਮੁਖੀ ਦੇ ਵਿੱਚ ਲਿਖਦਾ ਹੁੰਦਾ, ਥੰਬਨੇਲ ਦੇ ਉੱਤੇ ਲਿਖਦਾ ਹੁੰਦਾ, ਕਈ ਭਰਾ ਪੁੱਛਦੇ ਵੀ ਹੁੰਦੇ ਆ ਕਿ ਵੀਰੇ ਤੁਸੀਂ ਗੁਰਮੁਖੀ ਕਿੱਦਾਂ ਲਿਖਦੇ ਆ। ਸੋ ਵੀਰੇ, ਮੈਂ ਹੁਣ ਤੱਕ ਜਿੰਨੇ ਵੀ ਟਰਾਂਸਲੇਟ ਕਰਕੇ ਕਿਸੇ ਵੀ ਬੋਲੀ ਨੂੰ, ਕਿਸੇ ਵੀ ਗੱਲ ਨੂੰ ਟਰਾਂਸਲੇਟ ਕਰਕੇ ਥੰਬਨੇਲ ਦੇ ਉੱਤੇ ਲਿਖਦਾ ਰਿਹਾ ਗੁਰਮੁਖੀ 'ਚ, ਉਹ ਗੂਗਲ ਟਰਾਂਸਲੇਟ ਤੋਂ ਹੀ ਕਰਕੇ ਲਿਖਦਾ ਰਿਹਾ। ਸੋ ਇਹਦੇ ਨਾਲ ਨਾਲ ਹੁਣ ਸ਼ਾਹਮੁਖੀ ਪੰਜਾਬੀ ਵੀ ਲਾਂਚ ਕਰ ਦਿੱਤੀ ਗਈ ਆ। ਦੇਖੋ ਜੀ, ਚਾਹੇ ਗੁਰਮੁਖੀ ਹੋਵੇ ਚਾਹੇ ਸ਼ਾਹਮੁਖੀ ਹੋਵੇ, ਹੈ ਤਾਂ ਸਾਡੀ ਆਪਣੀ ਪੰਜਾਬੀ, ਸਾਡੀ ਬੇਸ ਆ, ਸਾਡੀ ਜੜ੍ਹ ਆ। ਜਿੱਦਾਂ ਕਿ ਸਾਡਾ DNA ਇੱਕ ਆ, ਸਾਡੀ ਮਾਂ ਬੋਲੀ ਇੱਕ ਆ, ਇਸੇ ਤਰ੍ਹਾਂ ਠੀਕ ਆ ਗੁਰਮੁਖੀ ਰਸਮੁਲ ਖੱਤ ਜਿਹੜੀ ਗੁਰੂਆਂ ਦੀ ਲਿਖੀ ਪੜ੍ਹੀ ਪੜ੍ਹਾਈ ਹੋਈ ਆ, ਇਸੇ ਤਰ੍ਹਾਂ ਸ਼ਾਮਾਂ ਪੀਰਾਂ ਦੀ ਲਿਖੀ ਹੋਈ ਪੰਜਾਬੀ, ਸੂਫੀ ਸ਼ਾਇਰਾਂ ਦੀ ਲਿਖੀ ਹੋਈ ਪੜ੍ਹੀ ਹੋਈ ਸ਼ਾਹਮੁਖੀ ਪੰਜਾਬੀ ਆ। ਸੋ ਇਹ ਖਬਰ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਆਪਣੇ ਨਾਲ ਜੁੜੇ ਰਹੋ। ਮਿਲਦੇ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖਿਓ, ਬਾਕੀ ਹੱਸਦੇ ਰਹੋ, ਵੱਸਦੇ ਰਹੋ, ਸਿਰਾਂ 'ਚ ਤੇਲ ਚੱਸਦੇ ਰਹੋ, ਹਾਲ ਦਿਲਾਂ ਦਾ ਦੱਸਦੇ ਰਹੋ। ਮੈਂ ਤੁਹਾਡਾ ਆਪਣਾ ਸੰਤਾਲੀ ਵਾਲਾ, ਲਵ ਯੂ ਆਲ।